For more updates, subscribe our TV channel. You can also contact us for any kind of advertisement. Our contact number is 700-9292-654. You can also mail us at rtvnews87@gmail.com. ਤੁਹਾਨੂੰ ਕੈਪਟਨ ਸਾਹਿਬ ਨੇ ਜਿਹੜੀ ਅੱਜ ਟਿਕਟ ਦਿੱਤੀ ਹੈਗੀ ਇਹਦੇ ਬਾਰੇ ਤੁਸੀਂ ਕੀ ਕਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਸਾਡੇ ਆਲ ਇੰਡੀਆ ਦੇ ਪ੍ਰਧਾਨ ਰਾਹੁਲ ਗਾਂਧੀ ਜੀ ਔਰ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਔਰ ਸਾਰੀ ਸੀਨੀਅਰ ਲੀਡਰਸ਼ਿਪ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ, ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਮੈਨੂੰ ਐਡਾ ਵੱਡਾ ਪਿਆਰ ਦਿੱਤਾ, ਸਤਿਕਾਰ ਦਿੱਤਾ, ਮਾਣ ਬਖਸ਼ਿਆ। ਮੈਂ ਉਹਨਾਂ ਦੇ ਮੇਰੇ 'ਤੇ ਵਿਸ਼ਵਾਸ ਪ੍ਰਗਟ ਕਰਕੇ ਮੈਨੂੰ 'ਤੇ ਇਹ ਫੈਸਲਾ ਕੀਤਾ ਅਤੇ ਮੈਂ ਉਹਨਾਂ ਨੂੰ ਵੀ ਇਹ ਯਕੀਨ ਦਿਵਾਉਣਾ ਕਿ ਮੇਰੇ ਵੱਲੋਂ ਹਮੇਸ਼ਾ ਉਹਨਾਂ ਨੂੰ ਠੰਡੀ ਹਵਾ ਆਊਗੀ ਔਰ ਜਿਹੜੇ ਸ਼ਾਹਕੋਟ ਦੇ ਲੋਕ, ਕਾਂਗਰਸ ਪਾਰਟੀ ਦੇ ਵਰਕਰ ਔਰ ਸਾਰੇ ਹੀ ਜਿਹੜੇ ਜੁੜੇ ਹੋਏ ਆ ਦਿਲੋਂ, ਉਹਨਾਂ ਦਾ ਵੀ ਸਤਿਕਾਰ, ਉਹਨਾਂ ਦਾ ਵੀ ਧੰਨਵਾਦ ਕਰਦਾ, ਸਤਿਕਾਰ ਕਰਦਾ ਕਿ ਜਿਨ੍ਹਾਂ ਦੀ ਆਵਾਜ਼ 'ਤੇ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਹੀ ਫੈਸਲਾ ਲਿਆ, ਕਾਂਗਰਸ ਪਾਰਟੀ ਨੇ ਸਹੀ ਫੈਸਲਾ ਲਿਆ ਅਤੇ ਇਹ ਲੋਕਾਂ ਦੀ ਆਵਾਜ਼ ਦਾ ਫੈਸਲਾ, ਇਹ ਇਸ ਗੱਲ ਦੀ ਸਾਰੀ ਸੰਗਤ ਨੂੰ ਵਧਾਈ। ਸਰ, ਇੱਕ ਨਾ ਥੋੜ੍ਹੇ ਦਿਨ ਪਹਿਲਾਂ ਜਿਹੜੀ ਵੀਡੀਓ ਇੱਕ ਵਾਇਰਲ ਹੋਈ ਸੀਗੀ ਅਤੇ ਉਸ ਤੋਂ ਬਾਅਦ ਵੀ ਕੈਪਟਨ ਸਾਹਿਬ ਨੇ ਇੰਨਾ ਵਧੀਆ ਫੈਸਲਾ ਲਿਆ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਕੈਪਟਨ ਸਾਹਿਬ ਹਮੇਸ਼ਾ ਵਧੀਆ ਫੈਸਲਾ ਲੈਂਦੇ ਆ। ਇਹ ਜਿਹੜੀ ਵੀਡੀਓ ਵਾਇਰਲ ਹੋਈ ਸੀ ਇਹ ਵਿਰੋਧੀਆਂ ਦੀ ਚਾਲ ਸੀ, ਸਾਜ਼ਿਸ਼ ਸੀ। ਇਹਦੇ ਵਿੱਚ ਤੁਸੀਂ ਸੁਣਿਆ ਨਾ ਉਹ 'ਚ ਗੱਲਾਂ ਕੀ ਹੋ ਰਹੀਆਂ, ਪੰਚਾਇਤੀ ਤੌਰ 'ਤੇ ਕੋਈ ਬੰਦੇ ਆਏ ਹੋਣ ਅਤੇ ਪੋਲੀਟੀਕਲ ਬੰਦੇ ਕੋਲ ਜਿਹਨੇ, ਕਿਉਂਕਿ ਮੈਂ ਇੱਕ ਸਾਲ ਪਹਿਲਾਂ, ਸਵਾ ਸਾਲ ਪਹਿਲਾਂ ਇਲੈਕਸ਼ਨ ਲੜੀ, ਮੈਂ ਕਾਂਗਰਸ ਪਾਰਟੀ ਦਾ ਵਫ਼ਾਦਾਰ ਦਾ ਹੁੰਦਾ ਹੋਇਆ, ਸਿਪਾਹੀ ਹੁੰਦਾ ਹੋਇਆ ਔਰ ਆਪਣੇ ਵਰਕਰ ਸਾਹਿਬਾਨਾਂ ਦੀ ਇਹ ਦੁੱਖ ਸੁੱਖ ਸੁਣਦਾ ਮੇਰੀ ਜ਼ਿੰਮੇਵਾਰੀ ਸੀ ਔਰ ਉਹਨਾਂ ਦਾ ਸੁਨੇਹਾ ਆਪਣੀ ਹਾਈਕਮਾਂਡ ਕੋਲ ਪਹੁੰਚਾਉਂਦਾ ਸੀ ਅਤੇ ਹਾਈਕਮਾਂਡ ਦਾ ਸੁਨੇਹਾ ਉਹਨਾਂ ਕੋਲ ਲਿਆ ਕੇ ਦਿੰਦਾ ਸੀ ਅਤੇ ਮੇਰੇ ਕੋਲ ਜਦੋਂ ਕੋਈ ਕਿਸੇ ਦਾ ਪਰਿਵਾਰਕ ਝਗੜਾ ਹੋਵੇ, ਕਿਸੇ ਦਾ ਪਿੰਡ ਦਾ ਕਾਮਨ ਝਗੜਾ ਹੋਵੇ ਜਾਂ ਕਿਸੇ ਦਾ ਕੋਈ ਵੀ ਝਗੜਾ ਹੋਵੇ ਤਾਂ ਪੋਲੀਟੀਕਲ ਬੰਦੇ ਕੋਲ ਲੋਕ ਅਪਰੋਚ ਕਰਦੇ ਹੁੰਦੇ ਆ ਅਤੇ ਜਦੋਂ ਸਾਡੇ ਕੋਲ ਗੱਲ ਆਈ, ਸਾਡੇ ਕੋਈ ਇਹ ਰੇਤ ਦੀ ਖੱਡ ਚੱਲਦੀ ਆ, ਗੌਰਮੈਂਟ ਦੀ ਅਪਰੂਵਡ ਖੱਡ ਆ ਕੈਮ ਵਾਲਾ, ਉਹ ਮੇਰਾ ਖਿਆਲ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਉਹਨਾਂ ਦੇ ਠੇਕੇਦਾਰ ਸਾਹਿਬਾਨਾਂ ਨੇ ਵੀ ਦੱਸਤਾ ਉਹਨਾਂ ਵੀ ਰੌਲਾ ਕੀ ਸੀ। ਉਹਨਾਂ ਨੇ ਇੱਕ ਸਾਜ਼ਿਸ਼ ਰਚੀ ਸੀ ਵੀ ਅਸੀਂ ਜਿਹੜਾ ਵੀ ਲੋਕ ਲਾਡੀ ਨੂੰ ਪਿਆਰ ਕਰਦੇ ਆ, ਲਾਡੀ ਲੋਕਾਂ ਦਾ ਪਿਆਰਾ ਵਾ ਅਤੇ ਕਿਉਂ ਨਾ ਕਿਤੇ ਇਹਦੀ ਟਿਕਟ ਕਟਾ ਕੇ ਕਿਤੇ ਸਾਡਾ ਚਾਂਸ ਲੱਗ ਜੇ। ਇਹ ਹੁਣ ਗੱਲਾਂ ਜਿਹੜੀਆਂ ਉਹਨਾਂ ਦੀਆਂ ਨਾ ਬਖਲਾੜ ਦੀ ਨਿਸ਼ਾਨੀ ਅੱਜ ਸਾਹਮਣੇ ਸੀ। ਆਹ ਦੇਖ ਲਓ, 3 ਘੰਟੇ ਹੋਏ ਟਿਕਟ ਨੂੰ ਫੈਸਲਾ ਹੋਏ ਨੂੰ, 3 ਦੇ ਵੀ 2.5 ਹੋਏ ਹੋਣੇ, ਆਹ ਐਡਾ ਵੱਡਾ ਠਾਠਾ ਮਾਰਦਾ ਕੱਟ ਤੁਹਾਡੇ ਸਾਹਮਣੇ ਆ। ਸਰ, ਇੱਕ ਕਾਂਗਰਸੀ ਲੀਡਰਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜਾ ਕੇ ਜਲੰਧਰ, ਇਹਦੇ ਬਾਰੇ ਕੀ ਕਹੋਗੇ? ਦਈਆ ਸਾਹਿਬ ਸੀਗੇ ਹੋਰ ਸੀਗੇ, ਠੀਕ ਹੈ ਸਰ, ਧੰਨਵਾਦ ਕਰਦਾ। ਠੀਕ ਹੈ ਸਰ, ਮਜ਼ੀ ਮਜ਼ੀ ਟਾਈਮ ਆ।